ਸ਼੍ਰੀਕਾਲ ਜੀ, ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਇੱਕ ਵਾਰ ਫੇਰ ਤੋਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਮੈਂ ਮਨਪ੍ਰੀਤ ਕੌਰ ਪੱਟੀ ਅੱਜ ਫੇਰ ਯੂਟਿਊਬ ਦੀ ਵੀਡੀਓ ਲੈ ਕੇ ਤੁਹਾਡੇ ਸਾਰਿਆਂ ਦੇ ਨਾਲ ਹਾਜ਼ਰ ਹਾਂ। ਪਿਛਲੀ ਵੀਡੀਓ ਨੂੰ ਤੁਸੀਂ ਚੰਗਾ ਰਿਸਪੋਂਸ ਦਿੱਤਾ, ਕੁਛ ਕੁ ਪੀਸਿਸ ਉਹਦੇ 'ਚੋਂ ਤੁਸੀਂ ਆਊਟ ਆਫ ਸਟੋਕ ਕੀਤੇ। ਅੱਜ ਫੇਰ ਅਸੀਂ ਐਗਜ਼ੀਬਿਸ਼ਨ ਤਰ੍ਹਾਂ ਪਾਰਟ 2 ਜਿਹੜੀ ਹੈ ਵੀਡੀਓ ਲੈ ਕੇ ਆਏ ਹਾਂ। ਤੁਹਾਨੂੰ ਜਿਵੇਂ ਪਤਾ ਹੈ, ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ ਹੱਥ ਦੀਆਂ ਬਾਗ ਫੁਲਕਾਰੀਆਂ, ਪੱਖੀਆਂ, ਝੋਲੇ, ਹੋਰ ਵੀ ਬਹੁਤ ਸਾਰੀਆਂ ਰਵਾਇਤੀ ਚੀਜ਼ਾਂ ਮਿਲ ਜਾਂਦੀਆਂ। ਖਰੀਦਣ ਦੇ ਲਈ ਸਾਡੇ ਨੰਬਰਸ ਹੈਗੇ ਆ 8 05 46 21 79, 950 120 54 88 'ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਪੱਟੀ ਤਰਨ ਤਾਰਨ ਡਿਸਟ੍ਰਿਕਟ, ਸਾਡਾ ਪੂਰਾ ਪਤਾ ਹੈਗਾ ਜੀ, ਪ੍ਰਵੀਨ ਫੁਲਕਾਰੀ ਹਾਊਸ M636/12 ਲਾਅ ਰੋਡ ਪੱਟੀ, ਜ਼ਿਲ੍ਹਾ ਸਾਡਾ ਤਰਨ ਤਾਰਨ ਆ, ਸ਼ਹਿਰ ਪੱਟੀ ਹੈ। ਤੁਸੀਂ ਆ ਕੇ ਵੀ ਇੱਥੇ ਖਰੀਦ ਸਕਦੇ ਹੋ, ਕਿਉਂਕਿ ਇੱਥੇ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਜਿਹੜੀ ਹੈ ਮਿਲ ਜਾਂਦੀ ਹੈ। ਅੱਜ ਮੈਂ ਉਹਦਾ ਪਾਰਟ 2 ਲੈ ਕੇ ਆਈ ਹਾਂ, ਪਰ ਇਹ ਤੁਸੀਂ ਨਾਲ ਦੇ ਨਾਲ ਹੀ ਬੁਕਿੰਗ ਜਿਹੜੀ ਕਰਵਾ ਦਿਆ ਕਰੋ, ਕਿਉਂਕਿ ਬਾਅਦ ਵਿੱਚ ਕਈ ਵਾਰ ਕਈਆਂ ਚੀਜ਼ਾਂ ਦੇ ਇੱਕ ਇੱਕ ਦੋ ਦੋ ਪੀਸ ਹੀ ਹੁੰਦੇ ਆ। ਮੈਨੂੰ ਬਹੁਤ ਥੱਲੇ ਮੈਸੇਜ ਆਉਂਦੇ ਆ, ਤੁਸੀਂ ਐਸਟੀਮੇਟ ਪ੍ਰਾਈਜ਼ ਦੱਸ ਦਿਆ ਕਰੋ, ਪ੍ਰਾਈਜ਼ ਦੱਸ ਦਿਆ ਕਰੋ। ਮੈਂ ਹੁਣ ਨਾ ਤੁਹਾਨੂੰ ਹਰ ਇੱਕ ਚੀਜ਼ ਦਾ ਜਿਹੜਾ ਐਸਟੀਮੇਟ ਪ੍ਰਾਈਜ਼ ਦੱਸ ਦਿੰਦੀ ਹਾਂ ਕਿ ਕਾਟਨ ਦੀਆਂ ਫੁਲਕਾਰੀਆਂ ਇਸ ਰੇਂਜ 'ਚ ਹੈਗੀਆਂ, ਜਾਂ ਜਿਹੜੇ ਆਪਣੇ ਕੋਲ ਬਾਗ ਆ, ਜਾਂ ਜਿਹੜੀ ਵੀ ਚੀਜ਼ ਆ, ਮੈਂ ਤੁਹਾਨੂੰ ਉਹਨਾਂ ਦਾ ਐਸਟੀਮੇਟ ਪ੍ਰਾਈਜ਼ ਜ਼ਰੂਰ ਦੱਸੂੰਗੀ। ਤੁਸੀਂ ਪੂਰੀ ਵੀਡੀਓ ਨੂੰ ਦੇਖਿਓ ਅਤੇ ਸ਼ੇਅਰ ਕਰਿਓ, ਇਹ 'ਚੋਂ ਖਰੀਦਿਓ। ਖਰੀਦਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਜਿੰਨਾ ਅਸੀਂ ਮਿਹਨਤ ਕਰਦੇ ਹਾਂ ਤਾਂ ਹੀ ਅਸੀਂ ਵੀਡੀਓਜ਼ ਹੋਰ ਵੀ ਤੁਹਾਡੇ ਲਈ ਨਵੇਂ ਮਟੀਰੀਅਲ 'ਤੇ ਕੰਮ ਕਰ ਸਕਾਂਗੇ ਜੇ ਤੁਸੀਂ ਖਰੀਦੋਗੇ। ਅੱਜ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਖੱਦਰ ਦੇ ਕੁੜਤਿਆਂ ਤੋਂ। ਆਪਣੇ ਕੋਲ ਖੱਦਰ ਦੇ, ਪਿਛਲੀ ਵਾਰ ਵੀ ਮੈਂ ਖੱਦਰ ਦੇ ਕੁੜਤੇ ਦਿਖਾਏ ਸੀ, ਬਲੂ ਕਲਰ ਜਾਂ ਇਹ ਕਲਰ ਦੇ। ਹੁਣ ਮੈਂ ਲਾਈਟ ਕਲਰ ਦੇ 2-3 ਕੁੜਤੇ ਵਿਖਾਉਂਗੀ। ਇਹ ਕਰੀਮ ਕਲਰ ਦੇ ਉੱਤੇ ਖੱਦਰ ਦਾ ਕੁੜਤਾ ਜੀ, ਇਹ ਫਰੰਟ ਸਾਈਡ ਹੀ ਕੱਢੀ ਹੋਈ ਹੈ, ਬੈਕ ਸਾਈਡ ਨਹੀਂ ਕੱਢੀ ਹੋਈ। ਇਹ ਤੁਸੀਂ ਕਿਸੇ ਵੀ ਸਲਵਾਰ ਦੇ ਨਾਲ, ਰੈੱਡ, ਯੈਲੋ, ਬਲੂ, ਮਜੈਂਟਾ, ਕਿਸੇ ਵੀ ਸਲਵਾਰ ਦੇ ਨਾਲ ਗ੍ਰੀਨ, ਇਹ 4-5 ਕਲਰ ਇਹਦੇ 'ਚ ਆਪਾਂ ਪਾਏ ਹੋਏ ਆ, ਤੁਸੀਂ ਕਿਸੇ ਵੀ ਸਲਵਾਰ ਦੇ ਨਾਲ ਬਣਵਾ ਸਕਦੇ ਹੋ। ਲਹਿੰਗੇ ਨਾ ਬਣਾਉਣੀ ਹੋ ਤੁਹਾਡੀ ਮਰਜ਼ੀ, ਸਲਵਾਰ ਨਾ ਬਣਾਉਣੀ ਉਹ ਵੀ ਤੁਹਾਡੀ ਮਰਜ਼ੀ, ਬੈਕ ਸਾਈਡ ਤੋਂ ਵੇਖ ਸਕਦੇ ਹੋ। ਸੋ ਇਹ ਬਾਹਾਂ ਜੀ ਉਹਦੀਆਂ ਲੌਂਗ ਬਾਜੂ ਆਪਣੀਆਂ। ਤੁਸੀਂ ਪੂਰੀਆਂ ਬਾਹਾਂ ਰੱਖ ਸਕਦੇ ਹੋ ਇਹਦੇ 'ਤੇ। ਇਹ ਅਵੇਲੇਬਲ ਆ ਖੱਦਰ ਦਾ ਪਹਿਲਾ ਕੁੜਤਾ। ਦੂਸਰਾ ਕੁੜਤਾ ਕੀ ਕਹਿੰਦੇ ਨੂੰ ਮਸਟਰਡ ਕਲਰ ਦੇ ਉੱਤੇ ਹੈਗਾ। ਇਹ ਮਸਟਰਡ ਕਲਰ ਦੇ ਉੱਤੇ ਪੂਰਾ ਭਰਿਆ ਕੁੜਤਾ ਹੈਗਾ ਜੀ। ਸੋ ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ। ਮੇਰਾ ਬੈਕ ਸਾਈਡ ਤੋਂ ਵਿਖਾਉਣ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਹੈਂਡਮੇਡ ਆ ਜਾਂ ਮਸ਼ੀਨ ਮੇਡ ਆ। ਇਹ ਫਰੰਟ, ਇਹ ਬੈਕ ਅਤੇ ਬਾਜੂ ਸਾਰਾ ਮਤਲਬ ਫੁੱਲੀ ਕੱਢਿਆ ਹੋਇਆ ਜੀ।
ਇਹ ਬਾਜੂ ਹੈ ਜੀ ਪੂਰੀ ਆ, ਇਹ ਅਵੇਲੇਬਲ ਹੈਗਾ ਜੀ ਪੀਸ। ਹੁਣ ਮੈਂ ਇੱਕ ਤੁਹਾਨੂੰ ਲਹਿੰਗਾ ਦਿਖਾਉਂਗੀ, ਬਰਾਊਨ ਕਲਰ ਦੇ ਉੱਤੇ ਬਣਿਆ ਹੋਇਆ ਹੈਗਾ, ਇਹ ਵੀ ਖੱਦਰ ਤੇ ਲਹਿੰਗਾ ਜੀ, ਸੋਰੀ ਲਹਿੰਗਾ ਪ੍ਰੋਪਰ ਜਿਹੜਾ ਇਹ ਕਲੀਆਂ ਵਾਲਾ ਲਹਿੰਗਾ ਤਿਆਰ ਕੀਤਾ ਹੋਇਆ ਖੱਦਰ ਤੇ। ਇਹ ਇੱਕੋ ਪੀਸ ਆ ਜੀ ਲਹਿੰਗੇ ਦਾ, ਇਹਦੇ ਨਾਲ ਦੇ ਕਸਟਮਾਈਜ਼ ਕਰ ਸਕਦੇ ਹਾਂ ਆਪਾਂ, ਇਹ ਵੇਖ ਸਕਦੇ ਹੋ ਆਪ ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ। ਇਹ ਅਵੇਲੇਬਲ ਹੈਗਾ ਜੀ, ਇਹ ਲਹਿੰਗਾ ਤੁਸੀਂ ਬਾਏ ਕਰ ਸਕਦੇ ਹੋ। ਇੱਦਾਂ ਦੀ ਸ਼ਰਟ ਹੁੰਦੀ ਹੈ ਜੀ ਇਹਦੇ ਨਾਲ, ਇਹ ਤਾਂ ਚਲੋ ਸਟਿਚ ਆ, ਪਰ ਮੈਂ ਤੁਹਾਨੂੰ ਇੱਦਾਂ ਦੀ, ਜੇ ਤੁਸੀਂ ਪਲੇਨ ਸ਼ਰਟ ਰੱਖਣੀ ਚਾਹੋ ਪਲੇਨ ਰੱਖ ਸਕਦੇ ਹੋ ਕਰੇਪ 'ਤੇ, ਨਹੀਂ ਤਾਂ ਜੇ ਇੱਦਾਂ ਦੀ ਸ਼ਰਟ ਜਿਹੜੀ ਤੁਸੀਂ ਬਾਏ ਕਰਨੀ ਚਾਹੋ ਉਹ ਕਰ ਸਕਦੇ ਹੋ। ਇਹ ਬੈਕ ਸਾਈਡ ਤੋਂ ਵੇਖ ਸਕਦੇ ਹੋ, ਇਹ ਅਵੇਲੇਬਲ ਹੈਗੀ ਹੈ ਸ਼ਰਟ। ਸੋ ਸਾਡੇ ਕੋਲ ਜਿਹੜੀ ਇੱਕ ਹੋਰ ਆਈਟਮ ਜਿਹੜੀ ਅਵੇਲੇਬਲ ਹੁੰਦੀ ਆ ਉਹ ਹੁੰਦੀਆਂ ਜੀ ਪੱਖੀਆਂ, ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦੀ ਹਾਂ ਇੱਦਾਂ ਦੀਆਂ, ਇਹ ਕਲਰ ਮੇਡ ਪੱਖੀਆਂ ਹੁੰਦੀਆਂ ਸਾਡੇ ਕੋਲ, ਇਹ ਉਨਣਾ ਵੀ ਕੱਢੀਆਂ ਮਿਲ ਜਾਂਦੀਆਂ, ਸਿਲਕ ਦੇ ਨਾਲ ਵੀ ਕੱਢੀਆਂ ਮਿਲ ਜਾਂਦੀਆਂ। ਇਹ ਅਵੇਲੇਬਲ ਹੈਗੀ ਆ। ਹੁਣ ਆਪਣੇ ਕੋਲ ਟੂਲ ਦੀਆਂ ਫੁਲਕਾਰੀਆਂ ਵੀ ਹੁੰਦੀਆਂ, ਹੁਣ ਆਪਾਂ ਟੂਲ ਦੀਆਂ ਫੁਲਕਾਰੀਆਂ ਦਿਖਾਉਂਗੀ। ਇਹ ਜਿਹੜੇ ਕੁੜਤੇ ਮੈਂ ਤੁਹਾਨੂੰ ਦਿਖਾਇਆ ਇਹ 4500 ਤੋਂ ਲੈ ਕੇ 15,500 ਦੀ ਰੇਂਜ, ਜਿਹੜੇ ਮਤਲਬ ਪੂਰਾ ਲਹਿੰਗਾ ਸੈੱਟ ਆ ਇਹ ਇਹਨਾਂ ਦੀ ਰੇਂਜ ਦੇ ਵਿਚਕਾਰ ਹੈਗੇ ਆ। ਹੁਣ ਮੈਂ ਜਿਹੜੀਆਂ ਟੂਲ ਦੀਆਂ ਫੁਲਕਾਰੀਆਂ ਵਿਖਾਉਂਗੀ ਉਹ ਸਾਡੇ ਕੋਲ 6,000 ਦੀ ਰੇਂਜ 'ਚੋਂ ਲੈ ਕੇ ਜਿਹੜੀਆਂ ਹੈਗੀਆਂ ਇਹ 8,500 ਦੀ ਰੇਂਜ ਦੇ ਵਿਚਕਾਰ ਹੁੰਦੀਆਂ। ਸਭ ਤੋਂ ਪਹਿਲਾਂ ਟੂਲ ਦੀ ਫੁਲਕਾਰੀ ਮੈਰੂਨ ਕਲਰ ਦੇ ਉੱਤੇ ਯੈਲੋ ਦੇ ਨਾਲ ਕੱਢੀ ਹੋਈ ਹੈਗੀ ਹੈ, ਇਹਨੂੰ ਕਰੋਸ਼ੀਆ ਵੀ ਕੀਤਾ ਹੋਇਆ ਹੈਗਾ। ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ ਇਹ ਪ੍ਰੋਪਰ ਹੈਂਡਮੇਡ ਆ ਜੀ।
ਐਗਜੀਬਿਸ਼ਨ ਦਾ ਪਾਰਟ 2 ਆ ਜੀ, ਪਰ ਤੁਸੀਂ ਇਹਨੂੰ ਜਿਸ ਤਰ੍ਹਾਂ ਇਹ ਹੈਗੀ ਆ ਉਹ ਖਰੀਦ ਸਕਦੇ ਹੋ। ਹੋਰ ਵੀ ਡਿਜ਼ਾਈਨ ਸਾਡੇ ਕੋਲ ਅਵੇਲੇਬਲ ਹੁੰਦੇ ਆ, ਪਰ ਅੱਜ ਜਿਹੜੇ ਮੈਂ ਤੁਹਾਨੂੰ ਡਿਜ਼ਾਈਨ ਵਿਖਾ ਰਹੀ ਹਾਂ ਤੁਸੀਂ ਨਾਲ ਦੇ ਨਾਲ ਪਰਚੇਸ ਕਰ ਸਕਦੇ ਹੋ। ਇੱਕ ਹੋਰ ਉਹ ਲਾਲ ਜਿਹਾ ਰੰਗ ਹੁੰਦਾ, ਜ਼ਿਆਦਾ ਸੂਹਾ ਨਹੀਂ, ਪਰ ਇਹ ਹੈ ਕਿ ਇੱਦਾਂ ਦਾ ਰੰਗ ਹੈਗਾ। ਇਹ ਤੁਸੀਂ ਵੇਖ ਸਕਦੇ ਹੋ, ਇਹ ਪੱਲੇ ਪੱਲੇ ਆ, ਵਿੱਚ ਬੂਟੀ ਆ, ਸੇਮ ਉਹ ਇੱਕ ਰੰਗ ਨਾਲ ਕੱਢੀ ਹੋਈ ਸੀ, ਇਹ ਮਲਟੀ ਕਲਰਸ ਦੇ ਨਾਲ ਕੱਢੀ ਹੋਈ ਹੈਗੀ ਆ। ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ, ਇਹ ਦੇਖ ਸਕਦੇ ਹੋ, ਇਹ ਅਵੇਲੇਬਲ ਹੈਗੀ ਆ। ਤੀਸਰਾ ਪੀਸ ਵੀ ਜਿਹੜਾ ਘੱਟ ਪੱਲਿਆਂ ਵਾਲਾ ਹੈਗਾ ਉਹ ਵੀ ਤੁਹਾਨੂੰ ਦਿਖਾ ਦਿੰਦੀ ਹਾਂ ਮੈਂ। ਉਹਨੂੰ ਕਿਨਾਰੀ ਵਾਲਾ ਗੋਟਾ ਲਾਇਆ, ਜਿਨ੍ਹਾਂ ਨੂੰ ਗੋਟਾ ਕਿਨਾਰੀ ਵਾਲਾ ਪਸੰਦ ਹੈਗਾ ਉਹ ਉਹਨਾਂ ਦੇ ਲਈ ਆਪਾਂ। ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ, ਹੁਣ ਇੱਕ ਫੁੱਲ ਮੈਂ ਟੂਲ 'ਤੇ ਫੁਲਕਾਰੀ ਵਿਖਾਊਂਗੀ ਜਿਹੜੀ ਕਿ ਪੂਰੀ ਭਰੀ ਹੈਗੀ ਆ, ਪੂਰੀ ਭਰੀ ਜਿਹੜੀ ਆ ਮੈਂ ਤੁਹਾਨੂੰ ਟੂਲ 'ਤੇ ਵਿਖਾਊਂਗੀ, ਤੁਸੀਂ ਇਹ ਵੇਖ ਸਕਦੇ ਹੋ। ਇਹ ਵੀ ਮੈਰੂਨ ਕਲਰ 'ਤੇ ਇੱਕ ਰੰਗ ਦੇ ਨਾਲ ਕੱਢੀ ਹੋਈ ਹੈ। ਇਹਨੂੰ ਕਰੋਸ਼ੀਆ ਕਰੋਸ਼ੀਆ ਆਪਾਂ ਕੁਛ ਨਹੀਂ ਕੀਤਾ, ਪਰ ਇਹ ਹੈ ਕਿ ਤੁਹਾਨੂੰ ਦਿਖਾ ਰਹੀ ਹਾਂ ਮੈਂ। ਸੋ ਇਹ ਵੇਖ ਸਕਦੇ ਹੋ, ਬੈਕ ਸਾਈਡ ਤੋਂ ਵੀ ਵੇਖੋ ਜੀ, ਕਿਉਂਕਿ ਬੈਕ ਸਾਈਡ ਤੋਂ ਵਿਖਾਉਣ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਤੁਸੀਂ ਵੇਖ ਸਕੋ ਕਿ ਇਹ ਹੈਂਡਮੇਡ ਆ।
ਇਹ ਜਿਹੜੀ ਆ ਇਹ ਖੱਦਰ ਤੇ ਥੈਲੇ ਹੁੰਦੇ ਆ ਜੀ ਸਾਡੇ ਕੋਲ ਇਦਾਂ ਦੇ, ਜਿਸ ਤਰ੍ਹਾਂ ਇਹ ਪੰਜਾਬ ਲਿਖਿਆ ਹੋਇਆ, ਪਿੱਛੇ 1, 2, 3, 10 ਤੱਕ ਗਿਣਤੀ ਲਿਖੀ ਹੋਈ ਆ। ਇਹ ਤੁਸੀਂ ਝੋਲੇ ਵੀ ਖਰੀਦ ਸਕਦੇ ਹੋ ਸਾਡੇ ਕੋਲ। ਸੋ ਅਗਲੀ ਜਿਹੜੀ ਆਈਟਮ ਹੈਗੀ ਆ ਉਹ ਹੈਗੀ ਆ ਜੀ ਖੱਦਰ ਦੇ ਬਾਗ। ਮੈਂ ਤੁਹਾਨੂੰ ਖੱਦਰ ਦੇ ਬਾਗ ਦਿਖਾਉਂਗੀ। ਇਹ ਦੇਖ ਸਕਦੇ ਹੋ ਖੱਦਰ ਦੇ ਬਾਗ ਹਮੇਸ਼ਾ 2.5 ਮੀਟਰ ਲੰਬੇ, 1.5 ਮੀਟਰ ਚੌੜੇ ਖੱਦਰ ਬੇਸ 'ਤੇ ਬਣੇ ਹੁੰਦੇ ਆ। ਜਿਹੜਾ ਮਸਟਰਡ ਕਲਰ ਦਾ ਜਾਂ ਮਸਟਰਡ ਕਲਰ ਜਿਹੜਾ ਉਹ ਨੋਨ ਡਾਇਬਲ ਕਲਰ ਹੁੰਦਾ ਹੈ। ਰੈੱਡ, ਮੈਰੂਨ, ਬਰਾਊਨ ਇਹ ਸਾਰੇ ਆਪਾਂ ਡਾਈ ਕਰਕੇ ਖੱਦਰ ਨੂੰ ਫੇਰ ਆਪਾਂ ਜਿਹੜੇ ਕਲਰ ਕਰਦੇ ਹਾਂ, ਕਢਾਈ ਕਰਦੇ ਹਾਂ। ਆਹ ਜਿਹੜਾ ਮਸਟਰਡ ਕਲਰ ਆ, ਬੇਸ ਕਲਰ ਆ, ਇਹ ਆਪਾਂ ਡਾਈ ਨਹੀਂ ਕਰਦੇ। ਸੋ ਇਹ 2.5 ਮੀਟਰ ਲੰਬਾ, 1.5 ਮੀਟਰ ਚੌੜਾ ਖੱਦਰ 'ਤੇ ਬਾਗ ਬਣਿਆ ਹੁੰਦਾ ਜੀ। ਸੋ ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ। ਬੈਕ ਸਾਈਡ ਤੋਂ ਵੀ ਵੇਖੋ ਜੀ, ਇਹ ਸਾਰਾ ਹੈਂਡਮੇਡ ਬਣਿਆ, ਇਹ ਡੱਬੀ ਵਾਲਾ ਬਾਗ ਆਪਾਂ ਤਿਆਰ ਕੀਤਾ ਹੋਇਆ। ਸੋ ਇਹ ਵੇਖ ਸਕਦੇ ਹੋ ਪੂਰਾ, ਇਹ ਪੂਰਾ ਆਲਰਾਊਂਡਰ ਆ, ਇੱਕੋ ਜਿੱਕਾ ਬਾਗ। ਸੋ ਇਹ ਪੂਰਾ ਹੈਗਾ ਡਿਜ਼ਾਇਨ ਇਹਦਾ। ਸੋ ਅਗਲਾ ਇੱਕ ਹੋਰ ਮੈਂ ਬਰਾਊਨ ਕਲਰ ਦੇ ਬੇਸ 'ਤੇ ਦਿਖਾਉਂਗੀ। ਇਹ ਬਰਾਊਨ ਕਲਰ ਦੇ ਬੇਸ 'ਤੇ ਹੈਗਾ। ਵੇਖ ਸਕਦੇ ਹੋ ਡਿਜ਼ਾਇਨ। ਸੋ ਇਹ ਵੇਖ ਸਕਦੇ ਹੋ, ਇਹ ਬੈਕ ਸਾਈਡ ਤੋਂ ਵੀ ਤੁਹਾਨੂੰ ਮੈਂ ਦਿਖਾਵਾਂ ਕਿੰਨਾ ਸਾਫ ਇਹ। ਤੁਸੀਂ ਨਾ ਬੁਕਿੰਗ ਨਾਲ ਦੇ ਨਾਲ ਹੀ ਕਰਵਾ ਲਿਆ ਕਰੋ, ਕਿਉਂਕਿ ਬਾਅਦ ਵਿੱਚ ਜੇ ਤੁਸੀਂ ਬੁਕਿੰਗ ਕਰਾਉਂਦੇ ਹੋ ਕਈ ਵਾਰ ਇਨ ਸਟੋਕ ਦੇ ਵਿੱਚ ਹੁੰਦਾ, ਕਈ ਵਾਰ ਨਹੀਂ, ਫਿਰ ਉਹਨੂੰ 2-2.5 ਮਹੀਨੇ ਜਿਹੜੇ ਕੱਢਣ 'ਤੇ ਲੱਗ ਜਾਂਦੇ ਆ। ਸੋ ਇਹ ਬਾਗ ਅਵੇਲੇਬਲ ਹੈਗਾ ਜੀ, ਮੈਂ ਤੁਹਾਨੂੰ ਪੂਰਾ ਦਿਖਾ ਦਿੰਦੀ ਹਾਂ। ਇੱਦਾਂ ਦਾ ਬਾਗ ਬਣਿਆ ਹੈਗਾ ਜੀ। ਇਹਨਾਂ ਤੁਸੀਂ ਸਕਰੀਨਸ਼ੋਟ ਲੈ ਕੇ 8045-4917-950-120-5453 ਦੋਵਾਂ ਨੰਬਰਾਂ 'ਚ ਜਿਹੜੇ ਨੰਬਰ 'ਤੇ ਮਰਜ਼ੀ ਤੁਸੀਂ ਸਾਨੂੰ ਸੰਪਰਕ ਕਰ ਲਿਆ ਕਰੋ। ਇਹ ਅਵੇਲੇਬਲ ਆ। ਅਗਲਾ ਜਿਹੜਾ ਉਹ ਰੈੱਡ ਕਲਰ ਦੇ ਬੇਸ 'ਤੇ ਆ। ਇਹ ਸਾਰਾ ਸਿਲਵਰ ਕਲਰ, ਮਜੈਂਟਾ ਕਲਰ, ਯੈਲੋ ਕਲਰ ਦੇ ਨਾਲ ਕੱਢਿਆ ਹੋਇਆ, 2.5 ਮੀਟਰ ਲੰਬਾ, 1.5 ਮੀਟਰ ਚੌੜੇ ਸਾਰੇ ਬਾਗ ਆ ਆਪਣੇ ਕੋਲ।
ਸੋ ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ। ਇਹ ਰੈੱਡ ਬੇਸ ਦੇ ਉੱਤੇ ਬਣਿਆ ਹੈਗਾ ਜੀ, ਸੋ ਇਹ ਬਾਗ ਖਰੀਦ ਸਕਦੇ ਹੋ। ਇਹ ਬਾਗ ਜਿਹੜੇ ਹੈਗੇ ਆ 17,000 ਤੋਂ ਲੈ ਕੇ 20,000 ਦੀ ਰੇਂਜ ਦੇ ਵਿਚਕਾਰ ਹੈਗੇ ਆ ਜੀ ਸਾਡੇ ਕੋਲ, ਜਿਹੜੇ ਮੈਂ ਅੱਜ ਵਿਖਾਏ ਆ। ਬਾਕੀ ਅਲੱਗ ਅਲੱਗ ਰੇਂਜ 'ਚ ਵੀ ਹੁੰਦੇ ਆ ਸਾਡੇ ਕੋਲ, ਐਸਟੀਮੇਟ ਪ੍ਰਾਈਜ਼ ਮੈਂ ਤੁਹਾਨੂੰ ਇਹਨਾਂ ਦਾ ਦੱਸਤਾ। ਸੋ ਅਗਲਾ ਜਿਹੜਾ ਹੈਗਾ ਉਹ ਆਪਣੇ ਕੋਲ ਹੈਗੇ ਕੋਟਨ ਦੀਆਂ ਫੁਲਕਾਰੀਆਂ, ਇਹ ਕੋਟਨ ਦੀਆਂ ਫੁਲਕਾਰੀਆਂ ਤੇ ਮੈਂ ਲੈਸ ਜਾਂ ਕੁਛ ਨਹੀਂ ਲਾਈ, ਇਹ ਪਲਿਸਟਰ ਟੈਰੀਕਾਟ ਦੇ ਉੱਤੇ ਕੱਢੀਆਂ ਹੋਈਆਂ, 2.5 ਮੀਟਰ ਲੰਬੀਆਂ ਤੇ 1.10 ਚੌੜੀਆਂ ਹੈਗੀਆਂ ਜੀ। ਸੋ ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ। ਇਹ ਕੋਟਨ ਦੀ ਫੁਲਕਾਰੀ ਅਵੇਲੇਬਲ ਆ ਤੇ ਅਗਲੀ ਕੋਟਨ ਦੀ ਫੁਲਕਾਰੀ ਜਿਹੜੀ ਹੈਗੀ ਆ ਉਹ ਆ ਵਾਲੀ ਹੈਗੀ ਆ। ਮੈਂ ਅੱਜ ਇੱਕ ਕੋਟਨ ਤੇ ਸਟਾਲ ਵੀ ਤੁਹਾਨੂੰ ਦਿਖਾਉਂਗੀ, ਉਹ ਵੀ ਤੁਸੀਂ ਪਰਚੇਸ ਕਰ ਸਕਦੇ ਹੋ। ਇਹ ਇੱਕ ਕੋਟਨ ਦੀ ਫੁਲਕਾਰੀ, ਇਹ ਨਵਾਂ ਡਿਜ਼ਾਈਨ ਆਪਾਂ ਤਿਆਰ ਕੀਤਾ ਹੋਇਆ, ਇਹ ਕੋਟਨ ਪਲਿਸਟਰ ਟੈਰੀਕਾਟ ਦੇ ਉੱਤੇ। ਇਹਨਾਂ ਨੂੰ ਤੁਸੀਂ ਲੈਸ ਵੀ ਲਵਾ ਸਕਦੇ ਹੋ, ਕਰੋਸ਼ੀਆ ਵੀ ਕਰਾ ਸਕਦੇ ਹੋ, ਤੁਹਾਡੀ ਆਪਣੀ ਮਰਜ਼ੀ ਹੈਗੀ ਆ ਜੀ। ਇਹ ਵੀ ਬੈਕ ਸਾਈਡ ਤੋਂ ਵੇਖ ਲਓ ਜੀ, ਇਹਨਾਂ ਦੇ ਨਾ ਤੁਸੀਂ ਸਕਰੀਨਸ਼ਾਟ ਲੈ ਦਿਆ ਕਰੋ ਜਿਹੜੇ ਆ, ਮੈਨੂੰ ਸੈਂਡ ਕਰ ਦਿਆ ਕਰੋ। ਸੋ ਇਹ ਵੇਖ ਸਕਦੇ ਹੋ, ਅਗਲੀ ਜਿਹੜੀ ਕੋਟਨ ਦੀ ਫੁਲਕਾਰੀ ਹੈਗੀ, ਇਹਨਾਂ ਨੂੰ ਹਜੇ ਲੈਸਾਂ ਵਗੈਰਾ ਕੁਛ ਨਹੀਂ ਲਾਈਆਂ, ਕਿਉਂਕਿ ਤੁਸੀਂ ਆਪਣੇ ਹਿਸਾਬ ਨਾਲ ਸਾਨੂੰ ਦੱਸ ਸਕਦੇ ਹੋ ਲੈਸ ਲਵਾਉਣੀ ਆ ਜਾਂ ਕਰੋਸ਼ੀਆ ਕਰਾਉਣਾ। ਸੋ ਇਹ ਇੱਕ ਕੋਟਨ ਦੀ ਫੁਲਕਾਰੀ ਜਿਹੜੀ ਹੈਗੀ ਆ ਹੋਰ। ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ, ਸੋ ਇਹ ਅਵੇਲੇਬਲ ਹੈਗੀ ਹੈ।
ਸੋ ਇੱਕ ਸਟਾਲ ਆ ਜੀ ਕਾਟਨ ਤੇ, ਇਹ ਬਲੈਕ ਕਲਰ ਦੇ ਕਾਟਨ ਦੇ ਉੱਤੇ ਬਣਿਆ ਹੈਗਾ ਜੀ। ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ ਜੀ, ਇੰਨੀ ਚੌੜਾਈ ਹੁੰਦੀ ਹੈ ਜੀ, ਅੱਧਾ ਕੁ ਮੀਟਰ ਦੇ ਕਰੀਬ ਹੁੰਦੀ ਹੈ, 26-27 ਇੰਚ ਜਿਹੜੀ ਕਹਿ ਲਓ। ਇਹ ਅਵੇਲੇਬਲ ਹੈਗੀ ਹੈ ਜੀ। ਇਹ ਸਾਰੇ ਜਿਹੜੇ ਸਟਾਲ ਅਤੇ ਕਾਟਨ ਦੀਆਂ ਫੁਲਕਾਰੀਆਂ, ਇਹ ਸਟਾਲ ਜਿਹੜਾ ਉਹ 2500 ਦੀ ਰੇਂਜ 'ਚ ਹੈਗਾ ਅਤੇ ਜਿਹੜੀਆਂ ਕਾਟਨ ਦੀਆਂ ਫੁਲਕਾਰੀਆਂ ਹੋ ਗਈਆਂ 5500 ਤੋਂ ਲੈ ਕੇ 7500 ਦੀ ਰੇਂਜ ਦੇ ਵਿਚਕਾਰ ਸਾਡੇ ਕੋਲ ਹੁੰਦੀਆਂ। ਸੋ ਮੈਂ ਹੁਣ ਤੁਹਾਨੂੰ ਕੁਛ ਹੋਰ ਪੀਸਿਸ ਵੀ ਵਿਖਾਊਂਗੀ, ਜਿਸ ਤਰ੍ਹਾਂ ਜੋਰਜੈਟ 'ਤੇ ਇਹ ਜੋਰਜੈਟ 'ਤੇ ਇਕੱਲੇ ਫੁੱਲ ਵਾਲੀਆਂ ਫੁਲਕਾਰੀਆਂ ਹੈਗੀਆਂ, ਇਹ ਦੋ ਹੀ ਰੰਗ ਦੇ ਵਿੱਚ ਅਵੇਲੇਬਲ ਹੈਗੀਆਂ। ਵੇਖ ਸਕਦੇ ਹੋ ਸੋ ਇਹ ਇੱਕ ਜੋਰਜੈਟ ਤੇ, ਇਹ ਵੀ ਹੈਂਡਮੇਡ ਆ ਇਹ ਫੁਲਕਾਰੀ ਹੈਗੀ ਆ, ਤੇ ਦੂਸਰੀ ਆਹ ਵਾਲੀ ਮਜੈਂਟਾ ਕਲਰ ਦੇ ਉੱਤੇ ਜੋਰਜੈਟ ਤੇ ਫੁਲਕਾਰੀ ਹੈਗੀ ਆ। ਇਹ ਸਸਤੀਆਂ ਹੈਗੀਆਂ ਜੀ, ਇਹ 3500 ਦੀ ਰੇਂਜ ਦੇ ਵਿਚਕਾਰ ਹੈਗੀਆਂ, ਤੁਸੀਂ ਬਾਏ ਕਰ ਸਕਦੇ ਹੋ। ਖੁੱਲੀਆਂ ਡੁੱਲੀਆਂ ਫੁਲਕਾਰੀਆਂ ਹੈਗੀਆਂ, ਦੇਖੋ ਸੋ ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ। ਸੋ ਇਹ ਵੀ ਅਵੇਲੇਬਲ ਹੈਗੀ ਆ, ਅਗਲੀਆਂ ਮੈਂ ਪੱਖੀਆਂ ਦੇ ਹੋਰ ਡਿਜ਼ਾਈਨ ਤੁਹਾਨੂੰ ਦਿਖਾ ਦਾਂ, ਜਿਸ ਤਰ੍ਹਾਂ ਗ੍ਰੀਨ ਕਲਰ ਦੇ ਵਿੱਚ ਵੀ ਅਵੇਲੇਬਲ ਹੈਗੀ ਆ, ਆਹ ਯੈਲੋ ਕਲਰ ਦੇ ਵਿੱਚ ਵੀ, ਬਲੂ ਕਲਰ ਦੇ ਵਿੱਚ ਵੀ, ਆਹ ਤਿੰਨੇ ਜਿਹੜੀਆਂ ਪੱਖੀਆਂ ਸਾਡੇ ਕੋਲ ਵੀ ਅਵੇਲੇਬਲ ਹੁੰਦੀਆਂ। ਇਹ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਦਿਆ ਕਰੋ। ਹੁਣ ਮੈਂ ਤੁਹਾਨੂੰ ਸ਼ਾਲ ਦਿਖਾਉਂਦੀ ਹਾਂ ਕੁਛ ਕੁ। ਪਿਛਲੀ ਵਾਰ ਤੁਸੀਂ ਸ਼ਾਲ ਸਾਰੇ ਆਊਟ ਆਫ ਸਟੋਕ ਕੀਤੇ ਸੀ, ਜਿੰਨੇ ਮੈਂ 4 ਦੇ 4 ਪੀਸ ਪਾਏ ਸੀ ਉਹ ਚਾਰੇ ਦੇ ਚਾਰੇ ਪੀਸ ਆਊਟ ਆਫ ਸਟੋਕ ਹੈਗੇ ਆ। ਸੋ ਹੁਣ ਮੈਂ ਜਿਹੜੇ ਘੱਟ ਰੇਂਜ ਵਾਲੇ, ਜਿਹੜੇ 2500 ਤੋਂ ਲੈ ਕੇ ਜਿਹੜੇ 5500 ਦੀ ਰੇਂਜ ਦੇ ਵਿਚਕਾਰ ਹੈਗੇ ਆ ਸ਼ਾਲ, ਉਹ ਦਿਖਾਉਂਦੀ ਹਾਂ। ਸੋ ਆਹ ਦੇਖ ਸਕਦੇ ਹੋ, ਇਹ ਇਕੱਲੀ ਬੂਟੀ ਬੂਟੀ ਵਾਲਾ ਸ਼ਾਲ ਆ, ਥੈਂਕ ਯੂ।
ਇਹ 'ਚ ਇਕੱਲੀ ਇਕੱਲੀ ਬੂਟੀ ਆ ਥੱਲੇ ਕਿ ਜਿਹੜੀ ਵੇਲ ਕੱਢੀ ਹੋਈ ਆ ਇਹ ਵਾਲੀ ਅਵੇਲੇਬਲ ਹੈਗਾ ਸ਼ਾਲ, ਇਹ ਮਸਟਰਡ ਕਲਰ ਦੇ ਵਿੱਚ ਅਵੇਲੇਬਲ ਆ। ਸੋ ਅਗਲਾ ਸ਼ਾਲ ਜਿਹੜਾ ਹੈਗਾ ਉਹ ਹੈਗਾ ਮਜੈਂਟਾ ਕਲਰ ਦੇ, ਮਜੈਂਟਾ ਨਹੀਂ ਆ ਪਿੰਕ ਜਿਹਾ ਕਲਰ ਆ, ਇਹ 4-sided ਕੱਢਿਆ ਹੈਗਾ, ਇਹ 4-sided ਵਿੱਚ ਬੂਟੀ ਹੈ ਜੀ। ਸੋ ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ, ਇਹ ਦੂਸਰਾ ਸ਼ਾਲ ਆ, ਇਹ ਤੀਸਰਾ ਸ਼ਾਲ ਆ, ਇਹ ਮੈਰੂਨ ਕਲਰ ਦੇ ਉੱਤੇ ਇੱਕ ਕਰੀਮ ਕਲਰ ਦੇ ਨਾਲ ਕੱਢਿਆ ਹੋਇਆ ਹੈਗਾ ਜੀ। ਇਹ ਤੁਸੀਂ ਨਾਲ ਦੇ ਨਾਲ ਹੀ ਇਹ ਵੀ ਬੁਕਿੰਗ ਕਰਵਾ ਸਕਦੇ ਹੋ, ਨੰਬਰਸ ਆਪਣੇ 8056 41 9970 970 9501 4588 'ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸੋ ਇਹ ਵੇਖ ਸਕਦੇ ਹੋ ਬੈਕ ਸਾਈਡ ਤੋਂ ਵੀ, ਜਿਹੜਾ ਸ਼ਾਲ ਅਵੇਲੇਬਲ ਹੈਗਾ ਸਟੈਂਡਰਡ ਸਾਈਜ਼ ਦੇ ਸ਼ਾਲ ਹੁੰਦੇ ਆ ਜੀ, ਤੁਹਾਨੂੰ ਪਤਾ ਹੀ ਹੈ ਜਿਹੜੇ ਸਾਈਜ਼ ਦੇ ਸ਼ਾਲ ਹੁੰਦੇ ਆ ਆਪਣੇ ਕੋਲ ਅਵੇਲੇਬਲ। ਸੋ ਇਹ ਇੱਕ ਮੈਰੂਨ ਕਲਰ ਦੇ ਬੇਸ ਦੇ ਉੱਤੇ, ਬੈਕ ਸਾਈਡ ਤੋਂ ਵੀ ਵੇਖ ਸਕਦੇ ਹੋ। ਇਹ ਅਵੇਲੇਬਲ ਹੈਗਾ, ਇਹ ਸ਼ਾਲਸ ਸਾਰੇ ਅਵੇਲੇਬਲ ਹੈਗੇ ਆ। ਇਹ ਆਪਾਂ ਅੱਜ ਘੱਟ ਵਾਲੇ ਵਿਖਾਏ ਹੋਏ ਆ, ਪਹਿਲਾਂ ਪਿਛਲੀ ਵਾਰ ਪਿਛਲੀ ਵੀਡੀਓ ਜੇ ਤੁਸੀਂ ਪੂਰੇ ਭਰੇ ਲੈਣੇ ਆ ਪਿਛਲੀ ਵੀਡੀਓ 'ਚ ਚੈੱਕ ਕਰ ਸਕਦੇ ਹੋ। ਅਤੇ ਆਪਣੇ ਕੋਲ ਲੋਈਆਂ ਵੀ ਹੁੰਦੀਆਂ, ਇਹ 2 ਕਲਰਸ ਦੇ ਵਿੱਚ ਲੋਈਆਂ ਹੁੰਦੀਆਂ, ਇਹ ਪੂਰੀਆਂ 2.5 meter ਲੋਈਆਂ ਹੁੰਦੀਆਂ ਅਤੇ ਖੁੱਲ੍ਹੇ ਸਾਈਜ਼ ਦੀਆਂ ਮੈਨਜ਼ ਲੋਈਆਂ ਹੁੰਦੀਆਂ ਜੀ। ਇੱਕ ਇਹ ਡਿਜ਼ਾਈਨ ਆਪਣੇ ਕੋਲ ਅਵੇਲੇਬਲ ਹੈਗਾ ਅਤੇ ਇੱਕ ਇਹਦੇ 'ਚ ਆਹ ਕਲਰ ਜਿਹੜਾ ਅਵੇਲੇਬਲ ਹੈਗਾ। ਤੁਸੀਂ ਇਹ ਮੈਨਜ਼ ਦੀ ਲੋਈ ਜਿਹੜੀ ਹੈ 2500 ਤੋਂ ਲੈ ਕੇ 3000 ਦੀ ਰੇਂਜ ਦੇ ਵਿਚਕਾਰ ਹੈਗੀ ਹੈ, ਇਹ ਤੁਸੀਂ ਨਾਲ ਦੇ ਨਾਲ ਬੁੱਕ ਕਰਵਾ ਸਕਦੇ ਹੋ। ਸੋ ਅੰਤ ਦੇ ਵਿੱਚ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਹਾਂ, ਆਪਣੇ ਕੋਲ ਊੜੇ ਆੜੇ ਵਾਲੇ ਝੋਲੇ ਹੁੰਦੇ ਆ, ਤੁਹਾਨੂੰ ਜਿਵੇਂ ਪਤਾ ਹੈ ਪ੍ਰਵੀਨ ਫੁਲਕਾਰੀਆ ਉਸ, ਇਹ 600 ਰੁਪਏ ਦਾ ਇੱਕ ਝੋਲਾ ਹੁੰਦਾ, ਜ਼ਿਆਦਾ ਝੋਲਾ, ਮਹਿੰਗਾ ਵੀ ਨਹੀਂ ਹੁੰਦਾ।
ਆਪਣੇ ਕੋਲ ਇੱਕ ਊੜੇ ਆੜੇ ਵਾਲੇ ਝੋਲੇ ਵੀ ਖਰੀਦ ਸਕਦੇ ਹੋ। ਅੱਜ ਮੈਂ ਸਾਰੀਆਂ ਆਈਟਮਸ 'ਤੇ ਜਿਨ੍ਹਾਂ ਨੂੰ ਪਿਛਲੀ ਵੀਡੀਓ ਦੇ ਵਿੱਚ ਬਹੁਤ ਸ਼ਿਕਾਇਤ ਸੀਗੀ ਕਿ ਤੁਸੀਂ ਪ੍ਰਾਈਜ਼ ਨਹੀਂ ਦੱਸਦੇ, ਮੈਂ ਤੁਹਾਨੂੰ ਐਸਟੀਮੇਟ ਓਵਰਆਲ ਪ੍ਰਾਈਜ਼ ਦੱਸਦੇ ਆ ਕਿ ਕਿਹਦਾ ਕਿੰਨਾ ਪ੍ਰਾਈਜ਼ ਹੈਗਾ। ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਸਾਰਾ ਇਸ ਚੀਜ਼ ਨੂੰ ਆਊਟ ਆਫ ਸਟੋਕ ਕਰੋ, ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਦੇ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ। ਸਾਡਾ ਤਾਂ ਹੀ ਉਤਸ਼ਾਹ, ਪਿਛਲੀ ਵੀਡੀਓ ਦੇ ਵਿੱਚ ਕੁਛ ਸਮਾਨ ਸਾਡਾ ਆਊਟ ਆਫ ਸਟੋਕ ਹੋਇਆ ਅਤੇ ਅੱਜ ਅਸੀਂ ਨਵੀਂ ਵੀਡੀਓ ਲੈ ਕੇ ਆਏ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਹ ਵੀਡੀਓ ਆਊਟ ਆਫ ਸਟੋਕ ਕਰੋ, ਫਿਰ ਹੀ ਆਪਾਂ ਜਿਹੜੀ ਅਗਲੀ ਵੀਡੀਓ ਵੀ ਨਵੀਂ ਲੈ ਕੇ ਆਵਾਂਗੇ ਤੁਹਾਡੇ ਸਾਰਿਆਂ ਦੇ ਲਈ, ਐਗਜ਼ੀਬਿਸ਼ਨ ਪਾਰਟ 3। ਸੋ ਇਹ ਐਗਜ਼ੀਬਿਸ਼ਨ ਪਾਰਟ 3 ਆਪਾਂ ਲੈ ਕੇ ਆਵਾਂਗੇ। ਆ ਜਿਵੇਂ ਪੱਖੀਆਂ ਹੁੰਦੇ ਆ, ਝੋਲੇ ਹੁੰਦੇ ਆ, ਖੱਦਰ ਦੇ ਕੁੜਤੇ, ਬਹੁਤ ਸਾਰੀਆਂ ਚੀਜ਼ਾਂ ਅਵੇਲੇਬਲ ਹੁੰਦੀਆਂ। ਮੈਂ ਤੁਹਾਨੂੰ ਲਾਸਟ 'ਤੇ ਇੱਕ ਸਟੋਲ ਜ਼ਰੂਰ ਵਿਖਾਉਣਾ ਚਾਹੂੰਗੀ। ਇਹ ਖੱਦਰ 'ਤੇ ਸਟੋਲ ਆਪਣੇ ਕੋਲ ਅਵੇਲੇਬਲ ਹੈਗਾ। ਇਹ ਤੁਸੀਂ ਵੇਖ ਸਕਦੇ ਹੋ, ਇਹ ਜਿਨ੍ਹਾਂ ਨੂੰ ਭਾਰੇ ਬਾਗ ਨਹੀਂ ਚਾਹੀਦੇ ਹੁੰਦੇ ਉਹਨਾਂ ਦੇ ਲਈ ਖੱਦਰ ਤੇ ਸਟੋਲ ਆ। ਬੈਕ ਸਾਈਡ ਵੀ ਵੇਖ ਸਕਦੇ ਹੋ, ਇਹ 21x2 ਇੰਚ ਚੌੜਾਈ ਹੁੰਦੀ ਹੈ, 21x2 ਇੰਚ ਚੌੜਾਈ ਅਤੇ ਲੰਬਾਈ ਇਹਦੀ ਜਿਹੜੀ ਆ 2.25 ਦੇ ਗਰੀਬ ਹੁੰਦੇ ਆ। ਛੋਟੇ ਬੱਚਿਆਂ ਦੇ ਲਈ ਹੁੰਦੇ ਆ ਜਿਨ੍ਹਾਂ ਨੂੰ ਬਾਗ ਭਾਰੇ ਲੱਗਦੇ ਆ, ਸੋ ਉਹ ਖਰੀਦ ਸਕਦੇ ਹੋ। ਇਹੋ ਜਿਹੀਆਂ ਚੀਜ਼ਾਂ ਵੀ ਅਵੇਲੇਬਲ ਹੁੰਦੀਆਂ। ਅਗਲੀ ਵੀਡੀਓ ਦੇ ਵਿੱਚ ਮੈਂ ਨਵਾਂ ਸਟੋਕ ਫਿਰ ਤੋਂ ਲੈ ਕੇ ਆਊਂਗੀ। ਪਿਛਲੀ ਵੀਡੀਓ ਵੀ ਤੁਸੀਂ ਜਿਹੜੀ ਹੈ ਚੈੱਕ ਕਰ ਸਕਦੇ ਹੋ, ਪਿਛਲੀ ਵੀਡੀਓ ਦਾ ਲਿੰਕ ਮੈਂ ਉੱਤੇ ਸ਼ੇਅਰ ਕਰ ਦੂੰਗੀ। ਇੰਸਟਾਗ੍ਰਾਮ ਪੇਜ ਫੁਲਕਾਰੀ ਹਾਊਸ ਨੂੰ ਫੋਲੋ ਕਰ ਛੱਡੋ, ਫੇਸਬੁੱਕ ਪੇਜ ਵੀ ਜਿਹੜਾ ਪ੍ਰਵੀਨ ਫੁਲਕਾਰੀ ਹਾਊਸ ਕਰਕੇ ਹੈਗਾ, ਤੁਸੀਂ ਉਹਨੂੰ ਫੋਲੋ ਕਰ ਛੱਡੋ। ਅਤੇ ਇਹ ਜਿਹੜਾ ਆਪਣੇ ਕੋਲ ਖਰੀਦਣ ਦਾ ਐਡਰੈਸ ਹੈਗਾ ਉਹ ਹੈਗਾ ਪ੍ਰਵੀਨ ਫੁਲਕਾਰੀ ਹਾਊਸ, M636 ਬੜਾ 12 ਲਾਹੌਰ ਰੋਡ ਪੱਟੀ, ਜ਼ਿਲ੍ਹਾ ਸਾਡਾ ਤਰਨ ਤਾਰਨ ਸ਼ਹਿਰ ਪੱਟੀ ਹੈ। ਤੁਸੀਂ ਆ ਕੇ ਵੀ ਖਰੀਦ ਸਕਦੇ ਹੋ। ਨੰਬਰ ਮੈਂ ਫਿਰ ਇੱਕ ਵਾਰ ਰਿਪੀਟ ਕਰ ਦਿੰਦੀ ਹਾਂ, 805-46-21-970-950-120 950-120-54-88 'ਤੇ ਤੁਸੀਂ ਸੰਪਰਕ ਕਰ ਸਕਦੇ ਹੋ, ਥੱਲੇ ਲਿਖੇ ਵੀ ਆਉਂਦੇ ਆ। ਹੁਣ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਸਾਡੀ ਸ਼ਿਪਿੰਗ ਜਿਹੜੀ ਆ ਵਰਲਡਵਾਈਡ ਅਵੇਲੇਬਲ ਹੁੰਦੀ ਆ। ਤੁਸੀਂ ਕਿਤੇ ਵੀ ਲੰਡਨ, ਅਮੈਰੀਕਾ, ਕੈਨੇਡਾ, ਆਸਟ੍ਰੇਲੀਆ ਕਿਤੇ ਵੀ ਤੁਸੀਂ ਸ਼ਿਪ ਕਰਵਾ ਸਕਦੇ ਹੋ। ਇਹ ਔਨਲਾਈਨ ਐਗਜ਼ੀਬਿਸ਼ਨ ਤਾਂ ਕਰਨੀਆਂ ਪੈਂਦੀਆਂ ਕਿਉਂਕਿ ਅਸੀਂ ਥਾਂ ਥਾਂ 'ਤੇ ਕਈ ਵਾਰ ਐਗਜ਼ੀਬਿਸ਼ਨ ਨਹੀਂ ਕਰ ਸਕਦੇ। ਵਰਚੁਅਲ ਐਗਜ਼ੀਬਿਸ਼ਨ ਦੇ ਵਿੱਚ ਤੁਸੀਂ ਸਾਰਾ ਸਮਾਨ ਹੀ ਵੇਖ ਸਕਦੇ ਹੋ, ਇਹ ਨਾਲ ਦੇ ਨਾਲ ਹੀ ਬਾਏ ਕਰ ਸਕਦੇ ਹੋ। ਇਹ ਸਮਾਨ ਤੁਹਾਨੂੰ ਜਦੋਂ ਤੁਸੀਂ ਬੁੱਕ ਕਰਾਉਂਦੇ ਹੋ ਪ੍ਰੋਪਰਲੀ ਤੁਹਾਨੂੰ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਕੇ ਫਿਰ ਹੀ ਤੁਹਾਨੂੰ ਕੁਰੀਅਰ ਹੁੰਦਾ ਹੈ। ਇੱਦਾਂ ਨਹੀਂ ਕੁਰੀਅਰ ਹੁੰਦਾ ਕਿ ਆਪਾਂ ਮਤਲਬ ਉੱਦਾਂ ਹੀ ਜਿਹੜਾ ਕੁਰੀਅਰ ਕਰੀ ਜਾਈਏ। ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ। ਦੇਖੋ ਇਹ ਆਪਣਾ ਪੰਜਾਬੀ ਸੱਭਿਆਚਾਰ ਦਾ ਜਿਹੜਾ ਆਰਟ ਹੈ ਇਹਨੂੰ ਆਪਾਂ ਪ੍ਰਫੁੱਲਿਤ ਕਰ ਰਹੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦਾ ਵੀਡੀਓ ਵੇਖਣ ਦੇ ਲਈ। ਲਾਈਕ ਸ਼ੇਅਰ ਕਮੈਂਟ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।